ਨੂੰ ਵੀ ਦੇਖ ਕੇ ਅਫਸੋਸ ਹੁੰਦਾ ਕਿ ਜੋ ਉਹਨਾਂ ਦੀ ਪੋਸਟ ਦੀ ਡਿਗਨਿਟੀ ਹੈ, ਜੋ ਉਹਨਾਂ ਦੀ ਆਪਣੀ ਸ਼ਖਸੀਅਤ ਹੈ, ਉਹਦੇ ਮੁਤਾਬਕ ਇਸ ਤਰ੍ਹਾਂ ਦੀ ਟ੍ਰੀਟਮੈਂਟ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਨਾਲ ਨਹੀਂ ਹੋਣੀ ਚਾਹੀਦੀ। ਤਰੀਕੇ ਗੁਰੂ ਘਰ ਦੇ ਕੀਰਤਨੀਆਂ ਦੇ ਬਾਰੇ 'ਚ ਇਹਨਾਂ ਨੇ ਅਲਫਾਜ ਵਰਤੇ ਕਿ ਜਦੋਂ ਹੁਟਣ ਵੱਜਦੇ ਗੱਡੀਆਂ ਦੇ ਅਤੇ ਕੀਰਤਨੀ ਉੱਠ ਕੇ ਖੜ੍ਹੇ ਹੋ ਜਾਂਦੇ। ਵੱਡਾ ਫੈਸਲਾ ਸਰਕਾਰ ਨੇ ਕੀਤਾ ਕਿ ਮੁੱਖ ਮੰਤਰੀ ਸਾਹਿਬ ਨੇ ਬਿੱਲ ਪਾਸ ਕਰਾ ਲਿਆ ਕਿ ਮੈਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਹੋਊਂਗਾ। ਉਹਨਾਂ ਨੇ ਐਕਸਪਲੇਨ ਕੀਤਾ ਕਿ ਮੈਂ ਐਜੂਕੇਸ਼ਨ ਦੇ ਇੰਟਰਸਟ ਦੇ ਵਿੱਚ, ਸਟੇਟ ਦੇ ਇੰਟਰਸਟ ਦੇ ਵਿੱਚ ਇਹ ਚੀਜ਼ਾਂ ਦੇਖ ਕੇ ਪ੍ਰਵਾਨਗੀ ਦਿੱਤੀ, ਪਰ ਮੈਂ ਤਾਂ ਸਮਝਦਾ ਕਿ ਇਨਕੁਆਇਰੀ ਆਰਡਰ ਹੋਣੀ ਚਾਹੀਦੀ, ਕਿਉਂਕਿ ਮੈਂ ਗਵਰਨਰ ਸਾਹਿਬ ਦੀ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਦੁਬਾਰਾ ਕਾਫੀ ਅਟੈਕ ਗਵਰਨਰ ਸਾਹਿਬ ਦੇ ਉੱਤੇ ਕੀਤੇ ਆ, ਪਰ ਦੇਖ ਕੇ ਬੜਾ ਅਫਸੋਸ ਹੁੰਦਾ ਕਿ ਇੱਕ ਪਾਸੇ ਪੰਜਾਬ ਦੀ ਤਰਸਯੋਗ ਹਾਲਤ ਆ, ਬਹੁਤ ਹੀ ਲਾ ਐਂਡ ਆਰਡਰ ਦੀ ਮਾੜੀ ਹਾਲਤ ਹੈ, ਵਿੱਤੀ ਸਥਿਤੀ ਜਿਹੜੀ ਹੈ ਉਹ ਬਹੁਤ ਹੀ ਮਾੜੀ ਹੈ, ਡਿਵੈਲਪਮੈਂਟ ਦਾ ਬੁਰਾ ਹਾਲ ਹੈ, ਸਮਾਜ ਭਲਾਈ ਸਕੀਮਾਂ ਦਾ ਬੁਰਾ ਹਾਲ ਹੈ, ਪਰ ਦੂਜੇ ਪਾਸੇ ਜਿਸ ਤਰੀਕੇ ਇੱਕ ਸਿਆਸੀ ਅਖਾੜਾ ਜਿਹੜੀ ਸਾਡੀ ਰਾਜਧਾਨੀ ਬਣੀ ਹੋਈ ਹੈ ਕਿ ਕੱਲ੍ਹ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਜੋ ਕੁਛ ਅਲਫਾਜ਼ ਵਰਤੇ ਆਪੋਜੀਸ਼ਨ ਵਾਸਤੇ ਵੀ, ਗਵਰਨਰ ਸਾਹਿਬ ਵਾਸਤੇ ਵੀ, ਅੱਜ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਹੜਾ ਪੰਜਾਬ ਹੈ ਇਹ ਕਨਫਰੰਟੇਸ਼ਨ ਦੇ ਰਸਤੇ 'ਤੇ ਜਿਸ ਤਰੀਕੇ ਚੱਲ ਰਿਹਾ, ਇਹ ਸੂਬੇ ਵਾਸਤੇ ਸਾਡੇ ਜਿਹੜੇ ਹਾਲਾਤ ਹੈ ਇਹ ਬਹੁਤ ਹੀ ਖਤਰਨਾਕ ਹੈ। ਗਵਰਨਰ ਸਾਹਿਬ ਦੀ ਜਿਹੜੀ ਮਾਨਸਿਕ ਸਥਿਤੀ ਆ ਉਹ ਮੈਂ ਸਮਝ ਸਕਦਾ, ਕਿਉਂਕਿ ਵੱਡੀ ਉਮਰ ਦੇ ਤਜਰਬੇਕਾਰ ਇੱਕ ਸਟੇਟਸਮੈਨ ਨੇ ਉਹ, ਔਰ ਜਿਸ ਤਰ੍ਹਾਂ ਦੀ ਉਹਨਾਂ ਦੇ ਬਾਰੇ 'ਚ ਭਾਸ਼ਾ ਮੁੱਖ ਮੰਤਰੀ ਸਾਹਿਬ ਵਰਤਦੇ ਆ, ਕੁਦਰਤੀ ਗੱਲ ਹੈ ਕਿ ਸਾਨੂੰ ਵੀ ਦੇਖ ਕੇ ਅਫਸੋਸ ਹੁੰਦਾ ਕਿ ਜੋ ਉਹਨਾਂ ਦੀ ਪੋਸਟ ਦੀ ਡਿਗਨਿਟੀ ਹੈ, ਜੋ ਉਹਨਾਂ ਦੀ ਆਪਣੀ ਸ਼ਖਸੀਅਤ ਹੈ, ਉਹਦੇ ਮੁਤਾਬਕ ਇਸ ਤਰ੍ਹਾਂ ਦੀ ਟ੍ਰੀਟਮੈਂਟ ਜਿਹੜੀ ਹੈ ਉਹ ਗਵਰਨਰ ਸਾਹਿਬ ਨਾਲ ਨਹੀਂ ਹੋਣੀ ਚਾਹੀਦੀ। ਪਰ ਨਾਲ ਹੀ ਮੈਂ ਗਵਰਨਰ ਸਾਹਿਬ ਨੂੰ ਬੇਨਤੀ ਵੀ ਕਰਦਾ ਕਿ ਇਹਨਾਂ ਦਾ ਤੁਸੀਂ ਕੀ ਕਰੋਗੇ, ਇਹਨਾਂ 'ਤੇ ਕੱਲ੍ਹ ਗੁਰਬਾਣੀ ਦੇ ਟੈਲੀਕਾਸਟ ਵਾਸਤੇ ਬਿੱਲ ਲਿਆਂਦੇ ਅਤੇ ਜਿਨ੍ਹਾਂ ਮਹਾਂਪੁਰਸ਼ਾਂ ਦੀ ਬਾਣੀ ਜਿਹੜੀ ਹੈ ਉਹ ਟੈਲੀਕਾਸਟ ਹੋਣ ਦੀ ਗੱਲ ਕਰ ਰਹੀ ਹੈ, ਉਹਨਾਂ ਬਾਰੇ ਜਿਸ ਤਰੀਕੇ ਉਹਨਾਂ ਨੂੰ ਸੰਬੋਧਨ ਕੀਤਾ, ਉਹਨਾਂ ਦੇ ਨਾਮ ਲਏ, ਉਹ ਵੀ ਤੁਹਾਡੇ ਸਾਹਮਣੇ ਹੈ। ਜਿਸ ਤਰੀਕੇ ਗੁਰੂ ਘਰ ਦੇ ਕੀਰਤਨੀਆਂ ਦੇ ਬਾਰੇ 'ਚ ਇਹਨਾਂ ਨੇ ਅਲਫਾਜ਼ ਵਰਤੇ ਕਿ ਜਦੋਂ ਹੁਟਣ ਵੱਜਦੇ ਗੱਡੀਆਂ ਦੇ ਅਤੇ ਕੀਰਤਨੀ ਉੱਠ ਕੇ ਖੜ੍ਹੇ ਹੋ ਜਾਂਦੇ, ਮੈਂ ਸਮਝਦਾ ਇਹ ਜਿਹੜੀ ਕੀਰਤਨ ਦੀ ਮਰਿਆਦਾ ਔਰ ਸਾਡੇ ਕੀਰਤਨੀ ਸਿੰਘ ਜਿਹੜੇ ਗੁਰੂ ਦੀ ਹਜ਼ੂਰੀ ਦੇ ਵਿੱਚ ਜਿਹੜੇ ਹੈ ਗੁਰਬਾਣੀ ਦਾ ਕੀਰਤਨ ਕਰਦੇ ਆ, ਇਹ ਉਹਨਾਂ ਦਾ ਬਹੁਤ ਵੱਡਾ ਅਪਮਾਨ ਹੈ। ਫਿਰ ਇਹਨਾਂ ਨੇ ਕਕਾਰਾਂ ਦੀ ਬੇਅਦਬੀ ਕੀਤੀ ਕਿ ਦਾੜੀ ਦੇ ਉੱਤੇ ਕਈ ਤਰ੍ਹਾਂ ਦੇ ਕਟਾਕਸ਼ ਕੀਤੇ। ਇਸ ਕਰਕੇ ਮੇਰੀ ਹਮਦਰਦੀ ਹੈ ਗਵਰਨਰ ਸਾਹਿਬ ਨਾਲ, ਮੈਂ ਅਫਸੋਸ ਵੀ ਜ਼ਾਹਰ ਕਰਦਾ ਕਿ ਇਹਨਾਂ ਲੋਕਾਂ ਦਾ ਤੁਸੀਂ ਕੀ ਕਰੋ ਜਿਨ੍ਹਾਂ ਦੀ ਇਹ ਹਾਲਤ ਹੈ। ਪਰ ਜਿਹੜੇ ਅੱਜ ਵੱਡੇ ਮੁੱਦੇ ਗਵਰਨਰ ਸਾਹਿਬ ਨੇ ਚੁੱਕੇ ਹੈ, ਮੈਂ ਉਹਨਾਂ ਦੇ ਉੱਤੇ ਜਿਹੜੀ ਹੈ ਕੁਛ ਜ਼ਰੂਰੀ ਗੱਲਾਂ ਕਰਨੀਆਂ ਚਾਹੁੰਦਾ। ਇੱਕ ਤਾਂ ਕੱਲ੍ਹ ਬੜਾ ਵੱਡਾ ਫੈਸਲਾ ਸਰਕਾਰ ਨੇ ਕੀਤਾ ਕਿ ਮੁੱਖ ਮੰਤਰੀ ਸਾਹਿਬ ਨੇ ਬਿੱਲ ਪਾਸ ਕਰਾ ਲਿਆ ਕਿ ਮੈਂ ਸਾਰੀਆਂ ਯੂਨੀਵਰਸਿਟੀਆਂ ਦਾ ਚਾਂਸਲਰ ਹੋਊਂਗਾ, ਪਰ ਅੱਜ ਗਵਰਨਰ ਸਾਹਿਬ ਨੇ ਟੈਕਨੀਕਲ ਯੂਨੀਵਰਸਿਟੀ ਦੇ ਉਦਾਹਰਣ ਦੇ ਕੇ ਕਿ ਵਾਈਸ ਚਾਂਸਲਰ ਦੀ ਸਿਲੈਕਸ਼ਨ ਜਿਹੜੀ ਹੈ ਪੰਜਾਬ ਸਰਕਾਰ ਕਿਸ ਤਰੀਕੇ ਕਰਦੀ ਹੈ, ਸਾਰਿਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ। ਪਹਿਲਾਂ ਤਾਂ ਜਿਹੜੀ ਸਕਰੀਨਿੰਗ ਕਮੇਟੀ ਗਵਰਨਰ ਸਾਹਿਬ ਨੇ ਦੱਸਿਆ ਕਿ ਉਹ UGC ਦੇ ਨਾਰਮ ਦੇ ਮੁਤਾਬਕ ਨਹੀਂ ਸੀ, ਜਿਸ ਤਰ੍ਹਾਂ UGC ਦੇ ਵਿੱਚ ਸਕਰੀਨਿੰਗ ਕਮੇਟੀ ਬਣਾਈ ਜਾਣੀ ਚਾਹੀਦੀ। ਔਰ ਦੂਜੇ ਜਿਹੜੇ ਉਸ ਤੋਂ ਵੀ ਹੈਰਾਨੀਜਨਕ ਤੱਥ ਉਹਨਾਂ ਨੇ ਕਿਹਾ
ਕਿ 40 ਦੇ ਕਰੀਬ ਐਪਲੀਕੈਂਟ ਸੀ ਤੇ ਕਿਸੇ ਨੂੰ ਵੀ ਇੰਟਰਵਿਊ ਵਾਸਤੇ ਨਹੀਂ ਬੁਲਾਇਆ ਗਿਆ ਤੇ ਮੈਂ ਤਾਂ ਵੈਸੇ ਮਹਿਸੂਸ ਕਰਦਾ ਸੀ ਗਵਰਨਰ ਸਾਹਿਬ ਸਾਡੇ ਬਹੁਤ ਮਚਿਓਰ ਨੇ ਐਕਸਪਰਟ ਨੇ ਕਿ ਇਸ ਤੋਂ ਵੱਡੀ ਫਿਰ ਵਾਇਲੇਸ਼ਨ ਕੀ ਹੋ ਸਕਦੀ ਜੇ ਵਾਈਸ ਚਾਂਸਲਰ ਦੀਆਂ ਨਿਯੁਕਤੀਆਂ ਦਾ ਇਹ ਹਾਲ ਹੈ ਵੀ ਐਪਲੀਕੇਸ਼ਨਾਂ ਮੰਗ ਲਈਆਂ ਜਾਂਦੀਆਂ ਤੇ ਜਿਹਨੂੰ ਮਰਜ਼ੀ ਪੈਨਲ 'ਚ ਪਾਉਣਾ ਪਾ ਕੇ ਗਵਰਨਰ ਸਾਹਿਬ ਨੂੰ ਭੇਜ ਦਿੱਤਾ ਜਾਂਦਾ ਤੇ ਬਾਕੀ ਸਿਲੈਕਸ਼ਨਾਂ ਦਾ ਕੀ ਬਣਦਾ ਹੋਊਗਾ ਉਹਨਾਂ ਨੇ ਐਕਸਪਲੇਨ ਕੀਤਾ ਕਿ ਮੈਂ ਐਜੂਕੇਸ਼ਨ ਦੇ ਇੰਟਰਸਟ ਦੇ ਵਿੱਚ ਸਟੇਟ ਦੇ ਇੰਟਰਸਟ ਦੇ ਵਿੱਚ ਇਹ ਚੀਜ਼ਾਂ ਲਿਖ ਕੇ ਪ੍ਰਵਾਨਗੀ ਦਿੱਤੀ ਹੈ ਪਰ ਮੈਂ ਤਾਂ ਸਮਝਦਾ ਕਿ ਇਨਕੁਆਇਰੀ ਆਰਡਰ ਹੋਣੀ ਚਾਹੀਦੀ ਕਿ ਇਹ ਕਿਵੇਂ ਹੋਇਆ UGC ਦੇ ਨਾਰਮ ਕਿਉਂ ਵਾਇਲੇਟ ਕੀਤੇ ਗਏ ਕਿਉਂ ਨਹੀਂ ਇਸ ਚੀਜ਼ ਦੀ ਇਨਕੁਆਇਰੀ ਹੋਈ ਕਿ ਇਹਦੇ ਪਿੱਛੇ ਕੀ ਕਾਹਲੀ ਸੀ ਕਿ ਬਾਕੀ ਜਿੰਨੇ ਵੀ ਐਪਲੀਕੈਂਟ ਆ ਉਹਨਾਂ ਨੂੰ ਬੁਲਾ ਕੇ ਸੁਣਨਾ ਵੀ ਠੀਕ ਨਹੀਂ ਸਮਝਿਆ ਗਿਆ ਜਿਹੜੇ ਵਾਈਸ ਚਾਂਸਲਰ ਹੈ ਇਹ ਤਾਂ ਯੂਨੀਵਰਸਿਟੀ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਇਹਨਾਂ ਨੇ ਤਾਂ ਅੱਗੇ ਜਾ ਕੇ ਬੜੇ ਪ੍ਰੋਫੈਸਰਾਂ ਦੀਆਂ ਸਿਸਟਮ ਪ੍ਰੋਫੈਸਰਾਂ ਦੀਆਂ ਬੜੇ ਟਾਪ ਦੇ ਸਾਇੰਟਿਸਟਾਂ ਦੀਆਂ ਹਰ ਇੱਕ ਦੀਆਂ ਸਿਲੈਕਸ਼ਨਾਂ ਕਰਨੀਆਂ ਤੇ ਜਿਹਨਾਂ ਦੇ ਆਪਣੀ ਸਿਲੈਕਸ਼ਨ ਇਸ ਤਰੀਕੇ ਭਗਵੰਤ ਮਾਨ ਜੀ ਦੀ ਸਰਕਾਰ ਨੇ ਕੀਤੀ ਆ ਉਹ ਫਿਰ ਅੱਗੇ ਯੂਨੀਵਰਸਿਟੀਆਂ ਕਿਵੇਂ ਚੱਲਣਗੀਆਂ ਫਿਰ ਮੈਨੂੰ ਕਾਰਨ ਸਮਝ ਆਇਆ ਕਿ ਮੁੱਖ ਮੰਤਰੀ ਸਾਹਿਬ ਚਾਂਸਲਰ ਕਿਉਂ ਬਣਨਾ ਚਾਹੁੰਦੇ ਆ ਵੀ ਆਹ ਜਿਹੜੀ ਸਿਲੈਕਸ਼ਨਾਂ ਨੇ ਇਹ ਜਿਵੇਂ ਕੇਜਰੀਵਾਲ ਸਾਹਿਬ ਨੂੰ ਚਾਹੀਦਾ ਹੋਇਆ ਜਿਵੇਂ ਹੋਇਆ ਉਸੇ ਤਰੀਕੇ ਹੋ ਜਾਣਗੀਆਂ ਅਤੇ ਇਹ ਜਿਹੜਾ ਸਾਡਾ ਵਿੱਦਿਅਕ ਢਾਂਚਾ ਜਿਹਨੂੰ ਕੇਜਰੀਵਾਲ ਸਾਹਿਬ ਸਾਰੇ ਦੇਸ਼ 'ਚ ਕਹਿੰਦੇ ਆ ਕਿ ਅਸੀਂ ਮੇਨ ਸਾਡੀ ਤਰਜੀਹ ਐਜੂਕੇਸ਼ਨ ਆ ਆਹ ਕੇਜਰੀਵਾਲ ਸਾਹਿਬ ਤੁਹਾਡੀ ਸਿਲੈਕਸ਼ਨ ਅੱਜ ਵਾਈਸ ਚਾਂਸਲਰ ਦੇ ਉੱਤੇ ਪੜਦਾ ਜਿਹੜਾ ਉਹ ਗਵਰਨਰ ਸਾਹਿਬ ਖੋਲ੍ਹ ਗਿਆ ਹੁਣ ਤੁਸੀਂ ਵੀ ਜੇ ਹਿੰਮਤ ਹੈ ਤਾਂ ਆਪਣੇ ਮੁੱਖ ਮੰਤਰੀ ਨੂੰ ਪੁੱਛੋ ਵੀ ਕੀ ਲੋੜ ਸੀ ਸਾਰਿਆਂ ਨੂੰ ਬਾਈਪਾਸ ਕਰਨ ਦੀ ਕੈਂਡੀਡੇਟ ਕਿਉਂ ਨਹੀਂ ਬਣਾਏ ਗਏ ਸਿਲੈਕਸ਼ਨ ਕਮੇਟੀ ਕਿਉਂ ਨਹੀਂ ਐਜ ਪਰ UGC ਨਾਰਮ ਬਣਾਈ ਗਈ ਇਹ ਬਹੁਤ ਵੱਡੇ ਕੁਐਸਚਨ ਇੱਕੋ ਸਿਲੈਕਸ਼ਨ ਨੇ ਖੋਲ੍ਹ ਦਿੱਤੇ ਆ ਔਰ ਇਹ ਵੀ ਦੱਸ ਦਿੱਤਾ ਕਿ ਕਾਹਲੀ ਕੀ ਹੈ ਚਾਂਸਲਰ ਬਣਦੀ ਕਿ ਇਹ ਵਪਾਰ ਅੱਗੋਂ ਇੱਦਾਂ ਹੀ ਚੱਲੇਗਾ ਇੱਕ ਤਾਂ ਇਹਦਾ ਗੌਰਮੈਂਟ ਨੂੰ ਮੈਂ ਤਾਂ ਹੁਣ ਵੀ ਕਹਿੰਦਾ ਕਿ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹਾਈ ਲੈਵਲ ਇੰਡੀਪੈਂਡੈਂਟ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਕਿਉਂ ਨਹੀਂ ਨਾਰਮ ਫਾਲੋ ਕੀਤੇ ਗਏ ਕਿਉਂ ਨਹੀਂ ਕੈਂਡੀਡੇਟ ਬਾਕੀ ਬਣਾਏ ਗਏ ਇਹ ਬਹੁਤ ਸੀਰੀਅਸ ਮਸਲਾ ਇਹਦੇ 'ਤੇ ਜਿਹੜਾ ਇਹ ਐਕਸ਼ਨ ਹੋਣਾ ਚਾਹੀਦਾ ਦੂਜੀ ਗੱਲ ਆ ਕਿ ਇੱਕ ਮੈਨੂੰ ਸਮਝ ਨਹੀਂ ਲਾਉਂਦੀ ਕਿ ਇੱਕ ਪਾਸੇ ਤਾਂ ਗਵਰਨਰ ਸਾਹਿਬ ਦੇ ਉੱਤੇ ਦੋਸ਼ ਲਾਉਂਦੇ ਆ ਕਹਿੰਦੇ ਜੀ ਇਹ ਦਖਲਅੰਦਾਜ਼ੀ ਕਰਦੇ ਆ ਦੂਜੇ ਪਾਸੇ ਜਿਹੜਾ ਕੰਮ ਮੁੱਖ ਮੰਤਰੀ ਸਾਹਿਬ ਦੇ ਕਰਨ ਵਾਲਾ ਹੁੰਦਾ ਉਹ ਸ਼ਾਮ ਨੂੰ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਜੀ ਗਵਰਨਰ ਸਾਹਿਬ ਕਰਦੇ ਕਿਉਂ ਨਹੀਂ ਗਵਰਨਰ ਸਾਹਿਬ ਆਹ ਕਰਨ ਗਵਰਨਰ ਸਾਹਿਬ ਬਾਰਡਰ 'ਤੇ ਕਿਉਂ ਨਹੀਂ ਉੱਥੇ ਟਾਈਟ ਕਰਾਉਂਦੇ ਜੇ ਸਾਰਾ ਕੰਮ ਗਵਰਨਰ ਸਾਹਿਬ ਨੇ ਕਰਨਾ ਅਤੇ ਤੁਹਾਨੂੰ ਜਿਹੜਾ ਤੁਸੀਂ ਦੱਸਦੇ ਹੁੰਦੇ ਹੋ 3 ਕਰੋੜ ਲੋਕਾਂ ਨੇ ਚੁਣ ਕੇ ਭੇਜਿਆ ਉਹ ਕਾਹਦੇ ਵਾਸਤੇ ਭੇਜਿਆ ਜੀ ਇਕੱਲਾ ਕੇਜਰੀਵਾਲ ਨੂੰ ਸੈਰ ਕਰਾਉਣ ਵਾਸਤੇ ਹਰ ਗੱਲ ਤੁਸੀਂ ਜਵਾਬ ਪੁੱਛਦੇ ਹੋ ਗਵਰਨਰ ਸਾਹਿਬ ਕੋਲ ਤੁਸੀਂ ਲਿਖਿਆ ਕਿਉਂ ਨੇ ਆ RDF ਦਾ ਕਿੱਡਾ ਇੰਪੋਰਟੈਂਟ ਇਸ਼ੂ ਸੀਗਾ ਕੱਲ੍ਹ ਹਾਊਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਗਵਰਨਰ ਸਾਹਿਬ ਉੱਥੇ ਜਿਹੜੇ ਆ ਇਹ ਇਸ਼ੂ ਚੁੱਕਦੇ ਕਿਉਂ ਨਹੀਂ ਕੇਂਦਰ ਨੂੰ ਲਿਖ ਕੇ ਭੇਜਦੇ ਕਿਉਂ ਨਹੀਂ ਅੱਜ ਗਵਰਨਰ ਸਾਹਿਬ ਦਾ ਕੀ ਰਿਪਲਾਈ ਹੈ ਤੁਸੀਂ ਪ੍ਰੈਸ ਕਾਨਫਰੰਸ ਆਪ ਅਟੈਂਡ ਕਰਕੇ ਆਏ ਹੋ ਉਹ ਕਹਿੰਦੇ ਇੱਕ ਵੀ ਡਾਕੂਮੈਂਟ ਮੈਨੂੰ ਇਸ ਸੰਬੰਧ ਦੇ ਵਿੱਚ ਸਰਕਾਰ ਨੇ ਨਹੀਂ ਭੇਜਿਆ ਅਤੇ ਮੈਂ ਸਮਝਦਾ ਇਹ ਹਾਊਸ ਦੀ ਪ੍ਰਿਵਲੇਜ ਦਾ ਬੜਾ ਵੱਡਾ ਮਸਲਾ ਬਣ ਗਿਆ ਕਿ ਗਵਰਨਰ ਸਾਹਿਬ ਕਹਿ ਰਿਹਾ ਕਿ ਮੇਰੇ ਕੋਲ ਕੋਈ ਡਾਕੂਮੈਂਟ ਨਹੀਂ ਆਇਆ ਹਾਊਸ ਦੇ ਵਿੱਚ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਅਸੀਂ ਇਹਨਾਂ ਨੂੰ ਲਿਖ ਕੇ ਭੇਜਦੇ ਹਾਂ ਜਾਂ ਤਾਂ ਹੁਣ ਸਰਕਾਰ ਡਾਕੂਮੈਂਟ ਜਾਰੀ ਕਰੇ ਕਿ ਕਿਹੜੇ ਦਿਨ RDF ਦੇ ਮਾਮਲੇ 'ਚ ਫਾਈਲ ਗਵਰਨਰ ਸਾਹਿਬ ਕੋਲ ਭੇਜੀ ਗਈ ਸੀ ਕੀ ਉੱਤੇ ਲਿਖਿਆ ਗਿਆ ਸੀ ਕਿਸ ਤਰੀਕੇ ਉਹਨਾਂ ਨੂੰ ਮੁੱਦਾ ਕਿੱਥੇ ਉਠਾਉਣ ਵਾਸਤੇ ਬੇਨਤੀ ਕੀਤੀ ਗਈ ਸੀ ਜੇ ਨਹੀਂ ਹੁੰਦੀ ਤਾਂ ਫਿਰ ਸਮਝਿਆ ਜਾਏਗਾ ਕਿ ਹਾਊਸ ਨੂੰ ਜਿਹੜਾ ਇਹ ਗੁੰਮਰਾਹ ਕੀਤਾ ਗਿਆ ਕਿਉਂਕਿ ਗਵਰਨਰ ਸਾਹਿਬ ਨੇ ਆਪਣੀ ਪੋਜੀਸ਼ਨ ਅੱਜ ਕਲੀਅਰ ਕਰ ਦਿੱਤੀ ਹੈ ਅਤੇ ਇਹ ਹੁਣ ਸਰਕਾਰ ਨੂੰ ਚਾਹੀਦਾ ਕਿ ਉਹ ਆਪਣੀ ਪੋਜੀਸ਼ਨ ਜਿਹੜੀ ਹੈ ਉਹ ਕਲੀਅਰ ਕਰ ਦੇ ਇੱਕ ਤੀਸਰਾ ਜਿਹੜਾ ਵੱਡਾ ਮੁੱਦਾ ਸ਼ੁਰੂ ਹੋਇਆ ਉਹਦੇ 'ਚ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਪੈਸਾ ਸੂਬੇ ਦੀ ਸਰਕਾਰ ਨੇ ਦੇਣਾ ਹੁੰਦਾ ਉਹ ਗਵਰਨਰ ਸਾਹਿਬ ਨੇ ਕਿਹਾ ਕਿ 500 ਕਰੋੜ ਦੇ ਕਰੀਬ 400 ਮੇਰੇ ਖਿਆਲ 94 ਕਰੋੜ ਉਹਨਾਂ ਨੇ ਕਿਹਾ ਕਿ ਇਹ ਬਕਾਇਆ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਦੇ ਨਹੀਂ ਰਹੀ ਅਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ 750 ਕਰੋੜ ਰੁਪਈਆ ਇਸ਼ਤਿਹਾਰਬਾਜ਼ੀ ਦੇ ਉੱਤੇ ਤਾਂ ਲੱਗ ਜਾਂਦਾ
ਤੇ ਆ ਐਜੂਕੇਸ਼ਨ ਜਿਹੜੀ ਕੇਜਰੀਵਾਲ ਸਾਹਿਬ ਸਾਰੇ ਦੇਸ਼ ਨੂੰ ਦੱਸਦੇ ਆ ਕਿ ਸਾਡੀ ਮੇਨ ਤਰਜੀਹ ਹੈ। ਅੱਜ ਗਵਰਨਰ ਸਾਹਿਬ ਨੇ ਰਿਕਾਰਡ 'ਚ ਦੱਸਿਆ ਕਿ 5 ਸਾਲਾਂ ਦੇ ਵਿੱਚ ਇਹ ਜਿਹੜਾ 500 ਕਰੋੜ ਦੇ ਕਰੀਬ ਪੈਸਾ ਡਿਊ ਹੈ ਤੇ ਇਹ ਕਿਉਂ ਨਹੀਂ ਦਿੱਤਾ ਗਿਆ ਕਿ ਇੱਥੇ ਵਿਦਿਆਰਥੀਆਂ ਦੀ ਐਜੂਕੇਸ਼ਨ ਇਫੈਕਟ ਨਹੀਂ ਹੋਏਗੀ। ਇਹਦਾ ਵੀ ਜਿਹੜਾ ਕਾਰਨ ਹੈ ਉਹ ਸਰਕਾਰ ਨੂੰ ਦੱਸਣਾ ਚਾਹੀਦਾ। ਇੱਕ ਜਿਹੜੀ ਸਭ ਤੋਂ ਗੰਭੀਰ ਗੱਲ ਹੈ ਕਿ ਅਸੀਂ ਪਹਿਲੇ ਕਹਿੰਦੇ ਸੀ ਕਿ ਪੰਜਾਬ ਦੇ ਹਿੱਤ, ਖਾਸ ਕਰਕੇ ਚੰਡੀਗੜ੍ਹ ਦੇ ਹਿੱਤ ਜਿਹੜੇ ਆ, ਇਹਦੇ ਉੱਤੇ ਸਮਝੌਤਾ ਕੀਤਾ ਜਾ ਰਿਹਾ ਕਿ ਕੇਜਰੀਵਾਲ ਸਾਹਿਬ ਹਰਿਆਣੇ ਦੇ ਵਿੱਚ ਇਲੈਕਸ਼ਨਾਂ ਲੜਨੀਆਂ ਚਾਹੁੰਦੇ ਆ, ਇਸੇ ਕਰਕੇ ਚੰਡੀਗੜ੍ਹ ਦੇ ਇਸ਼ੂ ਦੇ ਉੱਤੇ ਵੀ, ਵੱਖਰੀ ਵਿਧਾਨ ਸਭਾ ਦੀ ਜਗ੍ਹਾ ਦੇ ਇਸ਼ੂ ਦੇ ਉੱਤੇ ਵੀ, SYL ਦੇ ਉੱਤੇ ਵੀ ਜਿਹੜੇ ਸਮਝੌਤੇ ਨੇ ਉਹ ਸਾਡੇ ਮੁੱਖ ਮੰਤਰੀ ਸਾਹਿਬ ਕਰ ਰਹੇ ਆ। ਇਹਨਾਂ ਨੇ ਟਵੀਟ ਵੀ ਕੀਤਾ ਸੀ ਵੱਖਰੀ ਹਰਿਆਣੇ ਦੀ ਜਗ੍ਹਾ ਵਾਸਤੇ। ਸਾਡੇ ਮੁੱਖ ਮੰਤਰੀ ਸਾਹਿਬ ਦੋਸ਼ ਲਾ ਰਹੇ ਸੀ ਕਿ ਗਵਰਨਰ ਸਾਹਿਬ ਜਿਹੜੇ ਆ ਹਰਿਆਣੇ ਦਾ ਪੱਖ ਪੂਰਨ ਵਾਸਤੇ ਤੇ ਹਰਿਆਣੇ ਤੇ ਪੰਜਾਬ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕਰ ਰਹੀ ਸੀ। ਇੱਥੇ ਉਸੇ ਦਿਨ ਕਿਹਾ ਸੀ ਕਿ ਤੁਹਾਨੂੰ ਜਾਣ ਦੀ ਲੋੜ ਕੀ ਹੈ, ਜਿਸ ਦਿਨ ਪੰਜਾਬ ਯੂਨੀਵਰਸਿਟੀ ਦਾ ਮਸਲਾ ਸੀ ਤੁਹਾਨੂੰ ਯਾਦ ਹੋਣਾ ਚਾਹੀਦਾ। ਅਸੀਂ ਕਿਹਾ ਸੀ ਕਿ ਤੁਸੀਂ ਜਾਂਦੇ ਹੀ ਕਿਉਂ ਹੋ, ਜਦੋਂ ਅਸੀਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੋਰ ਕੋਈ ਕਾਲਜ ਦਾਖਲ ਨਹੀਂ ਕਰਨਾ ਤੇ ਤੁਸੀਂ ਜਾਂਦੇ ਕਿਉਂ ਹੋ। ਅੱਜ ਗਵਰਨਰ ਸਾਹਿਬ ਨੇ ਰਾਜ ਖੋਲਿਆ ਆਪਣੀ ਮੀਟਿੰਗ ਦੇ ਵਿੱਚ, ਜਿਹੜੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ, ਕਿ ਜਿਹੜੀ 9 ਜੁਲਾਈ 2022 ਨੂੰ ਨਾਰਥ ਜੋਨਲ ਕੌਂਸਲ ਦੀ ਮੀਟਿੰਗ ਹੋਈ ਸੀ ਜੈਪੁਰ ਦੇ ਵਿੱਚ, ਜਿਹਦੇ ਵਿੱਚ ਪੰਜਾਬ ਦਾ ਵੀ ਸਾਡਾ ਨੁਮਾਇੰਦਾ ਜਿਹੜਾ ਵਿੱਤ ਮੰਤਰੀ ਸਾਹਿਬ ਸ਼ਾਮਿਲ ਸੀਗੇ, ਉਹਦੇ ਵਿੱਚ ਗਵਰਨਰ ਸਾਹਿਬ ਨੇ ਕਿਹਾ ਕਿ ਫੈਸਲਾ ਹੋਇਆ ਸੀ ਕਿ ਇਹ ਜਿਹੜੇ ਚੰਡੀਗੜ੍ਹ ਦੇ ਅਤੇ ਆ ਜਿਹੜੇ ਹਰਿਆਣੇ ਦੇ ਨਾਲ ਜੁੜੇ ਮਸਲੇ ਆ, ਇਹ ਅਫਰੈਸ਼ ਨਵੇਂ ਸਿਰੇ ਤੋਂ ਦੇਖੇ ਜਾਣਗੇ। ਉਹਦੇ ਵਾਸਤੇ ਪੰਜਾਬ ਦੇ ਗਵਰਨਰ ਸਾਹਿਬ, ਹਰਿਆਣੇ ਅਤੇ ਪੰਜਾਬ ਦੇ ਮੁੱਖ ਮੰਤਰੀ ਆਪੋ 'ਚ ਮੀਟਿੰਗ ਕਰਨ। ਅਤੇ ਮੈਂ ਭਗਵੰਤ ਮਾਨ ਜੀ ਨੂੰ ਪੁੱਛਦਾ ਕਿ ਤੁਸੀਂ ਮੀਟਿੰਗ 'ਚ, ਤੁਹਾਡਾ ਵਿੱਤ ਮੰਤਰੀ ਹਾਜ਼ਰ ਸੀ, ਮਤਲਬ ਤੁਸੀਂ ਹਾਜ਼ਰ ਸੀ, ਅਤੇ ਤੁਸੀਂ ਮੈਨੂੰ ਦੱਸੋ ਵੀ ਉੱਥੇ ਤੁਸੀਂ ਇਹਦੇ 'ਤੇ ਸਹਿਮਤੀ ਕਿਉਂ ਦੇ ਕੇ ਆਏ। ਤੁਹਾਡਾ ਉੱਥੇ ਉੱਠ ਕੇ ਕਹਿਣਾ ਨਹੀਂ ਸੀ ਬਣਦਾ ਕਿ ਇਹ ਜਿਹੜੇ ਪੰਜਾਬ ਰੀਓਰਗਨਾਈਜੇਸ਼ਨ ਐਕਟ ਦੇ ਵਿੱਚ ਸਮਝੌਤੇ ਹੋਏ ਹੋਏ ਆ, ਇਹ ਦੁਬਾਰਾ ਨਹੀਂ ਖੋਲ੍ਹੇ ਜਾ ਸਕਦੇ। ਅੱਜ ਗਵਰਨਰ ਸਾਹਿਬ ਨੇ ਰਾਜ ਖੋਲ੍ਹਿਆ, ਉਹਨਾਂ ਨੇ ਕਿਹਾ ਕਿ ਮਿਨਟਸ ਆਫ ਮੀਟਿੰਗ ਦੇ ਵਿੱਚੋਂ ਉਹਨਾਂ ਨੇ ਪੜ੍ਹ ਕੇ ਦੱਸਿਆ, ਅਤੇ ਤੁਹਾਡੇ ਕੋਲ ਮਿਨਟਸ ਆਫ ਮੀਟਿੰਗ ਆਏ ਸੀ ਮੁੱਖ ਮੰਤਰੀ ਸਾਹਿਬ, ਤੁਸੀਂ ਫਿਰ ਇਹ ਗੱਲ ਦਾ ਪਰਦਾ ਕਿਉਂ ਰੱਖਿਆ ਕਿ ਤੁਸੀਂ ਉੱਥੇ ਜੈਪੁਰ ਦੇ ਵਿੱਚ ਨਾਰਥ ਜੋਨਲ ਕੌਂਸਲ ਦੀ ਜਿਹੜੀ ਮੀਟਿੰਗ ਹੈ ਉਹਦੇ ਵਿੱਚ ਇਹ ਜਿਹੜੇ ਇਸ਼ੂ ਨੇ ਚੰਡੀਗੜ੍ਹ ਦੇ ਅਤੇ ਹਰਿਆਣੇ ਨਾਲ ਸੰਬੰਧਿਤ, ਇਹ ਸਹਿਮਤੀ ਦੇ ਕੇ ਆਏ ਕਿ ਪੰਜਾਬ ਦੇ ਗਵਰਨਰ ਦੋਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਕਰਕੇ ਅਤੇ ਇਹ ਮਸਲਾ ਨਿਬੇੜਨਗੇ। ਉਸੇ ਮੀਟਿੰਗ ਤੋਂ ਬਾਅਦ ਵੱਖਰੀ ਕਮੇਟੀ ਦਾ ਮੁੱਦਾ ਸ਼ੁਰੂ ਹੋਇਆ ਸੀ, ਜਿਹੜਾ ਅਸੀਂ ਗਵਰਨਰ ਸਾਹਿਬ ਕੋਲ ਜਾ ਕੇ ਰੋਕ ਕੇ ਆਏ, ਜਿਹੜਾ ਵਿਧਾਨ ਸਭਾ ਵਾਸਤੇ ਜ਼ਮੀਨ ਦੇਣ ਦਾ ਮੁੱਦਾ ਸੀਗਾ। ਉਸੇ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਲਜ ਅਟੈਚ ਕਰਨ ਦਾ ਮੁੱਦਾ ਖੜਾ ਹੋ ਗਿਆ। ਉਸੇ ਤੋਂ ਬਾਅਦ ਬਾਕੀ ਜਿਹੜੀਆਂ ਇੱਕ ਇੱਕ ਕਰਕੇ ਪੰਜਾਬ ਦੇ ਹੱਕ ਜਿਹੜੇ ਆ ਉਹ ਖੋਏ ਜਾਣ ਦੇ ਮਸਲੇ ਸ਼ੁਰੂ ਹੋ ਗਏ। ਅਤੇ ਤੁਸੀਂ ਉੱਥੇ ਜੈਪੁਰ ਦੀ ਮੀਟਿੰਗ ਦੇ ਵਿੱਚ ਉੱਥੇ ਏਅਰ ਕੰਡੀਸ਼ਨ ਕਮਰਿਆਂ ਦੇ ਵਿੱਚ ਬੈਠ ਕੇ ਸਹਿਮਤੀਆਂ ਦੇ ਕੇ ਆਏ, ਜਾਂ ਤਾਂ ਸਾਨੂੰ ਡਿਸੈਂਟ ਨੋਟ ਦਿਖਾਓ ਵੀ ਜਿਹੜਾ ਨਾਰਥ ਜੋਨ ਕੌਂਸਲ ਦੀ ਮੀਟਿੰਗ ਦੇ ਵਿੱਚ ਜੇ ਪੰਜਾਬ ਸਰਕਾਰ ਨੇ ਕੋਈ ਡਿਸੈਂਟਿੰਗ ਨੋਟ ਦਿੱਤਾ ਉਹ ਦਿਖਾਓ, ਕੋਈ ਚਿੱਠੀ ਲਿਖੀ ਹੈ ਤੁਸੀਂ ਉਹਦੇ ਖਿਲਾਫ ਅਤੇ ਉਹ ਲੋਕਾਂ ਦੇ ਸਾਹਮਣੇ ਪ੍ਰੋਡਿਊਸ ਕਰੋ। ਨਹੀਂ ਤਾਂ ਮੁੱਖ ਮੰਤਰੀ ਸਾਹਿਬ ਅਸੀਂ ਮੰਨ ਕੇ ਚੱਲਾਂਗੇ ਕਿ ਤੁਸੀਂ ਸੂਬੇ ਦੇ ਹਿੱਤ ਉਸ ਮੀਟਿੰਗ ਦੇ ਵਿੱਚ, ਕਿਉਂਕਿ ਕੇਜਰੀਵਾਲ ਵੀ ਉਸ ਮੀਟਿੰਗ ਦੇ ਵਿੱਚ ਹਾਜ਼ਰ ਸੀ। ਇਹ ਨਾਰਥ ਜੋਨ ਦੇ ਵਿੱਚ ਦਿੱਲੀ ਵੀ ਆਉਂਦੀ ਹੈ, ਹਰਿਆਣਾ ਵੀ ਆਉਂਦਾ, ਹਿਮਾਚਲ ਵੀ ਆਉਂਦਾ, ਪੰਜਾਬ ਵੀ ਆਉਂਦਾ, J&K ਵੀ ਆਉਂਦਾ ਅਤੇ ਰਾਜਸਥਾਨ ਵੀ ਆਉਂਦਾ। ਮੈਂ ਹਾਜ਼ਰੀ ਪੜ੍ਹ ਲਈ ਹੈ, ਕੇਜਰੀਵਾਲ ਸਾਹਿਬ ਵੀ ਉਸ ਮੀਟਿੰਗ 'ਚ ਹਾਜ਼ਰ ਸੀ। ਕੀ ਤੁਸੀਂ ਕੇਜਰੀਵਾਲ ਸਾਹਿਬ ਤੋਂ ਡਰ ਗਏ ਸੀ ਉਸ ਮੀਟਿੰਗ ਦੇ ਵਿੱਚ ਵੀ ਕਿਤੇ ਹਰਿਆਣੇ ਦੇ ਹੱਕ ਦੇ ਵਿੱਚ ਉਹ ਬੋਲਦੇ ਆ? ਦੋਸ਼ ਤੁਸੀਂ ਹੁਣ ਗਵਰਨਰ ਸਾਹਿਬ 'ਤੇ ਲਾਉਂਦੇ ਹੋ। ਸਹਿਮਤੀ ਉਸ ਮੀਟਿੰਗ ਦੇ ਵਿੱਚ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਗੱਲ ਖੁੱਲ੍ਹੀ ਆ, ਸਹਿਮਤੀ ਤੁਸੀਂ ਦੇ ਕੇ ਆਏ ਹੋ, ਤਾਂ ਹੀ ਤੁਸੀਂ ਮੀਟਿੰਗਾਂ 'ਤੇ ਜਾਂਦੇ ਹੋ। ਅਸੀਂ ਤਾਂ ਨਹੀਂ ਤਾਂ ਜਦੋਂ ਪੁੱਛਦੇ ਹਾਂ ਕਿ ਮੀਟਿੰਗ 'ਤੇ ਜਾਂਦੇ ਕਿਉਂ, ਤਾਂ ਪੂਰਾ ਤਿਆਰ ਸ਼ਿਆਰ ਹੋ ਕੇ ਤੁਸੀਂ ਚਲੇ ਜਾਂਦੇ ਹੋ ਜੀ ਮੈਂ ਉੱਥੇ ਮੰਨਣਾ ਨਹੀਂ, ਪਰ ਮੀਟਿੰਗਾਂ 'ਤੇ ਸਹਿਮਤੀ ਤਾਂ ਤੁਸੀਂ ਦਿੱਤੀ ਹੈ। ਇਸ ਕਰਕੇ ਅੱਜ ਬੜਾ ਅਫਸੋਸ ਹੋਇਆ ਜਦੋਂ ਅੰਦਰਲੀਆਂ ਗੱਲਾਂ ਇਸ ਪ੍ਰੈਸ ਕਾਨਫਰੰਸ 'ਤੇ ਜਿਹੜੀਆਂ ਇਹ ਖੁੱਲ੍ਹੀਆਂ ਨੇ। ਮੈਂ ਸਮਝਦਾ ਕਿ ਜੇ ਸਾਡੇ ਪੰਜਾਬ ਦੀ ਚੁਣੀ ਹੋਈ ਸਰਕਾਰ ਪੰਜਾਬ ਦੇ ਹਿੱਤਾਂ ਦੇ ਨਾਲ ਇਸ ਤਰ੍ਹਾਂ ਸਮਝੌਤੇ ਕਰਦੀ ਹੈ ਤਾਂ ਇਸ ਤੋਂ ਮਾੜੀ ਗੱਲ ਜਿਹੜੀ ਆ ਉਹ ਕੋਈ ਹੋ ਨਹੀਂ ਸਕਦੀ। ਮੈਂ ਪੰਜਾਬ ਵਾਸੀਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਗੱਲਾਂ ਪੁੱਛਣੀਆਂ ਸ਼ੁਰੂ ਕਰੋ। ਇਹ ਸਾਡੇ ਇਸੇ ਤਰੀਕੇ ਹਿੱਤ ਵੇਚੇ ਜਾ ਰਹੇ ਆ, ਸਾਡਾ
खजाना इस तरीके खाली किया जा रहा कि 750 करोड़ दखन के सूबे तक जाके इश्तहार दिए जा रहे हैं। अज गवर्नर साहब ने तो क्लीयर कर दिता कि मैं 3-4 बारी हैलीकॉप्टर यूज किया ऑफिशियल ड्यूटी वास्ते, उन्होंने स्पष्ट कर दिता। उन्होंने यह भी कहा कि मेरा कभी कोई फैमिली मैंबर ये ट्रैवल नहीं किया। तो हूँ केजरीवाल साहब ने किन्नी बारी यूज किया यह भी जरा दसन की कोशिश करो, क्योंकि हूँ तो यह भी चाहिए ना। तो होर कामों वास्ते सरकारी कामों तो अलावा कितने कितने जाता यह भी दसन की कोशिश करनी चाहिए, क्योंकि गवर्नर साहब ने तो अब कह दिता कि मैं हूँ लैना ही नहीं। देखन हूँ बाकी भी फिर डिटेल सामने आनी चाहिए है ना, पूरी लॉग बुक वो सामने आनी चाहिए है कि बाकी किन्नी बारी कह तो बाकी किन्ने किन्ने यूज किया। इस करके बड़िया गंभीर गल्लां ने, मैं समझदा कि पंजाब सरकार डाकूमेंट्स के नाल इन गल्लां का जवाब जिहड़ा वो जरूर देगी। नहीं मेरी उन्होंने हमदर्दी है, क्योंकि बड़े वड्डे स्टेट्समैन ने, एक बहुत वड्डी गवर्नर की पोस्ट होंदी है, एक डिग्निटी होंदी है। मैं तां ही अफसोस जाहिर कीता कि असीं तां समझदे हां, सानू इस गल का अफसोस है कि उन्होंने नाल इस तरह होया नहीं होना चाहिए। देखो ये तो हम उन्होंने कॉन्स्टिट्यूशनल ड्यूटी है, अभी तो अगर भी समझते हैं भाई वो बार बार चिट्ठिया का जवाब मंगी जाते हैं, कोई माड़ा मोटा खड़का दड़का करेंगे तो ही गल बनेगी। इदा कौन पुछता कल प्रेस कॉन्फ्रेंस में, थोड़े जहां तगड़े हो तो पंजाब की जनता तो उन्होंने नाल। देखो मंत्री कटारू चक बारे एक ने नहीं कहा, लेकिन दुख है कि कल गुरबाणी वाले इशू के उत्ते भी विच बिठाया हुआ सी। हुण ये लोग तो गुरबाणी के टैलीकास्ट का फैसला करते, मैं तो की करिए अच्छा हूँ सानू समझ नहीं आती भी जनता जाए कितने। कीर्तनी सिंघां नूं तुसीं टिचरा करते हो, दाड़ी प्रकाश कीते तुसीं टिचरा करते हो, बाणीकरण के नाँ तुसीं इस तरीके लैंदे हो कि जिवें बच्चों की हाजिरी लाउणी हुंदी है, तो इहो जिहे मंत्री बिठा के विच गुरबाणी के फैसले करते हो। तो हुण पंजाब की जनता ने देखना भी इन्हां चीज़ों नूं रोकना किस तरह। नहीं देखो गल यह है कि गवर्नर साहब हुण देखण हुण सानू तो पता लग गया ना भी आ की हो रहा, भी हुण जिहड़े तुसीं एक सिलैक्शन करके भेजी है उहदा चिट्ठा सामने आ गया कि किस तरह हुई है, कमेटी भी गलत है, बाकी 40 बंदिया इंटरव्यू तो नहीं बुलाया गया, तो फिर आ सिलैक्शन जो करनी है तो फिर दसो की बनूगा। गल रिपोर्ट तो ना भेजी तो ना रिपोर्ट आनी, ये तो डेली की एक सक्रिप्ट लिखी जाती है कि उदन मीडिया किस तरीके मैनेज कर और लोगों का ध्यान जोड़ा मुद्दों तो किमें हटा। और गवर्नर साहब के इन्ने सीरीयस मुद्दे हैं मैं तुहाडे सामने डिस्कस किए, इहदा जवाब वास्ते कल कोई होर नवा शोश आ जाऊगा, जवाब थोड़ी कोई दिंदा। डेमोक्रेसी च जवाब दिते जाते, डेमोक्रेसी का मतलब यह है कि अपोजिशन की रिस्पैक्ट होंगी है कि वह क्वेश्चन करते हैं उन्होंने गलों का जवाब देना होंगे, इतने जवाब नहीं आना कल टीचर नवी देख के वह फिर चैनल से चल पड़ेंगे। देखो ना आह हम जो गुरबाणी वाला बिल पास होया ये तो देखते सारे उन्होंने पाड़ देना चाहिए, बिल्कुल पार्लीमेंट का एक्ट है, किन्ने ऑथराइज किया स्टेट गवर्नमेंट को भी तुम इधर तमाशे करो धर्म के सीधी दखलदाजी करो, ये कोई एक्ट है ये तो जी है जलील करने वाली गल है सिख कौम भी तुम जरा माहौल पंजाब का जो खराब करने वाला पास जो तुरे। चलो अच्छी गल है, देखो फर्ज बनता असी भी दूजा हो सकता छेती टाइम लगे मिलिए, क्योंकि संस्था जी है चुनी हुई लोगों की संस्था और हाँ असी भी मिलेंगे असी जिथे जिथे गवर्नर साहब जिथे जिथे भी जाने की लड़ पेगी, क्योंकि श्रोमणी गुरुद्वारा प्रबंधक कमेटी बड़िया वड्डिया कुरबानिया तो बाद शहादतों तो बाद जी होंद के आई थी, इस करके उसकी होंद को खत्म करने वास्ते जो इस तरह के जेडे आम आदमी पार्टी ने जो कोशिशा केजरीवाल के हुक्मों के उत्ते करनिया शुरू कीतिया
ਇਹਨੂੰ ਅਸੀਂ ਕਾਮਯਾਬ ਨਹੀਂ ਹੋਣ ਦਿਆਂਗੇ ਕਿਉਂਕਿ ਰਾਖੀ ਕਰਨਾ ਸਾਡੀ ਡਿਊਟੀ ਹੈ ਇਸ ਕਰਕੇ ਅਸੀਂ ਕਰਾਂਗੇ ਡਟ ਕੇ ਨਹੀਂ ਉਹਨਾਂ ਦੇ ਤਾਂ ਐਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀ ਇਲੈਕਟਿਡ ਸੰਸਥਾ ਉਹ ਆਪਣੇ ਉਹਨਾਂ ਦੇ ਆਫਿਸ ਬੀਰਲ ਨੇ ਉਹ ਪ੍ਰਧਾਨ ਸਾਹਿਬ ਦੇਖਣਗੇ ਵੀ ਉਹਨਾਂ ਨੇ ਕਿਵੇਂ ਜਾਣਾ ਸਾਡੀ ਆਪਣੀ ਪਾਰਟੀ ਦੀ ਟੀਮ ਜਿਹੜੀ ਆ ਉਹ ਅਲੱਗ ਤੋਂ ਦੇਖੋ ਕੀਰਤਨੀ ਸਿੰਘਾਂ ਦਾ ਪਹਿਲੀ ਤਾਂ ਗੱਲ ਹੈ ਗੁਰੂ ਘਰ ਦੇ ਵਿੱਚ ਸੰਗਤ ਦੇ ਵਿੱਚ ਬਹੁਤ ਵੱਡਾ ਸਤਿਕਾਰ ਹੈ ਬਹੁਤ ਵੱਡੀ ਇੱਜ਼ਤ ਹੈ ਜਿਹੜੇ ਕੀਰਤਨੀ ਸਿੰਘ ਨੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੀਰਤਨ ਕਰ ਰਹੇ ਹੁੰਦੇ ਗੁਰੂ ਤੋਂ ਵੱਡਾ ਕੋਈ ਨਹੀਂ ਹੁੰਦਾ ਭਾਵੇਂ ਕੋਈ ਕਿਸੇ ਦੇਸ਼ ਦਾ ਰਾਸ਼ਟਰਪਤੀ ਆ ਜਾਵੇ ਭਾਵੇਂ ਪ੍ਰਧਾਨ ਮੰਤਰੀ ਆ ਜਾਵੇ ਭਾਵੇਂ ਮੁੱਖ ਮੰਤਰੀ ਆ ਜਾਵੇ ਭਾਵੇਂ ਕੋਈ ਨੇਤਾ ਆ ਜਾਵੇ ਅੱਜ ਤੱਕ ਇਹ ਰਵਾਇਤ ਹੈ ਕਿ ਜਿਹੜਾ ਗੁਰੂ ਦੇ ਦਰ 'ਤੇ ਆਉਂਦਾ ਨੀਵਾਂ ਹੋ ਕੇ ਆਉਂਦਾ ਕੀਰਤਨੀ ਸਿੰਘ ਗੁਰੂ ਦੀ ਹਜ਼ੂਰੀ 'ਚ ਕੀਰਤਨ ਕਰ ਰਹੇ ਹੁੰਦੇ ਆ ਉਹ ਪੂਰੇ ਸਤਿਕਾਰ ਦੇ ਨਾਲ ਕਿ ਅੰਤਰ ਧਿਆਨ ਹੋ ਕੇ ਆਪਣਾ ਕੀਰਤਨ ਕਰਦੇ ਰਹਿੰਦੇ ਇਹ ਮਜ਼ਾਕ ਇਹਨਾਂ ਨੂੰ ਸੁਝਿਆ ਕਿਵੇਂ ਮੈਨੂੰ ਤਾਂ ਹੈਰਾਨੀ ਹੁੰਦੀ ਹੈ ਵੀ ਇਹ ਕਹਿ ਦੇਣਾ ਜੀ ਹੋਟਲ ਵੱਜਿਆ ਤਾਂ ਕੀਰਤਨੀ ਸਿੰਘ ਖੜ੍ਹੇ ਹੋ ਜਾਂਦੇ ਕਦੀ ਕਿਸੇ ਗੁਰੂ ਘਰ ਦੇ ਵਿੱਚ ਤੁਸੀਂ ਇੱਦਾਂ ਹੁੰਦਾ ਦੇਖਿਆ ਮੈਨੂੰ ਨਹੀਂ ਸਮਝਦਾ ਵੀ ਭਗਵੰਤ ਮਾਨ ਜੀ ਕਿਹੜੇ ਗੁਰਦੁਆਰੇ ਜਾ ਕੇ ਇਹ ਚੀਜ਼ਾਂ ਦੇਖਦੇ ਵੀ ਕੀਰਤਨੀ ਸਿੰਘ ਜਿਹੜੇ ਹੈਗੇ ਆ ਉਹਨਾਂ ਨੂੰ ਇਹ ਇਹ ਕੋਈ ਆਈ ਜਾਵੇ ਉਹਨਾਂ ਵੱਲੋਂ ਵੱਡਾ ਆਵੇ ਛੋਟਾ ਆਵੇ ਗੁਰੂ ਘਰ ਆਇਆ ਸਾਰੇ ਬਰਾਬਰ ਹੁੰਦੇ ਆ ਉਹ ਆਪਣੇ ਜਿਹੜੇ ਉਹਨਾਂ ਦਾ ਫਰਜ਼ ਆ ਉਹਦੀ ਅਦਾਇਗੀ ਕਰ ਰਹੇ ਹੁੰਦੇ ਆ ਮਰਿਆਦਾ ਇੱਕ ਬਹੁਤ ਵੱਡੀ ਜਿਹੜੀ ਕੀਰਤਨ ਦੀ ਜਿਹਦੇ ਤਹਿਤ ਉਹ ਸਾਰੇ ਆਪਣਾ ਕੀਰਤਨ ਕਰਦੇ ਆ ਅਤੇ ਉਹਨਾਂ ਨੂੰ ਜਿਹੜੇ ਆ ਸਤਿਕਾਰ ਭੇਟ ਕਰਨ ਦੀ ਬਜਾਏ ਇਸ ਤਰ੍ਹਾਂ ਦੇ ਸ਼ਬਦ ਮੁੱਖ ਮੰਤਰੀ ਸਾਹਿਬ ਵੱਲੋਂ ਵਰਤੇ ਜਾਣ ਮੈਂ ਤਾਂ ਹੈਰਾਨ ਹਾਂ ਵੀ ਕੀ ਸੋਚ ਕੇ ਅਤੇ ਜੋ ਕੁਛ ਉੱਥੇ ਕੱਲ੍ਹ ਕਿਹਾ ਗਿਆ ਮੈਂ ਤਾਂ ਬਹੁਤ ਪਰੇਸ਼ਾਨ ਉਸ ਕੱਲ੍ਹ ਜਿਹੜੇ ਬਿੱਲ ਹੈ ਜੀ ਜੇ ਗਵਰਨਰ ਸਾਹਿਬ ਵੱਲੋਂ ਨਾ ਅਪਰੂਵ ਕੀਤੇ ਗਏ ਮੈਂ ਤਾਂ ਕਹਿੰਦਾ ਕਿ ਸਵਾ ਡੇਢ ਸਾਲ ਜਿਹੜੀ ਸਰਕਾਰ ਚੱਲੀ ਹੈ ਪੰਜਾਬ ਨੂੰ ਲੈ ਕੇ ਪੈ ਗਈ ਅਸੀਂ ਕੀਤਾ ਕੀ ਹੈ ਕੇਜਰੀਵਾਲ ਨੂੰ ਢੋ ਕੇ ਇੱਥੋਂ ਕਦੀ ਸਾਊਥ 'ਚ ਲੈ ਗਏ ਕੇਜਰੀਵਾਲ ਨੂੰ ਢੋ ਕੇ ਕਦੀ ਬੰਬੇ ਲੈ ਗਏ ਕੇਜਰੀਵਾਲ ਨੂੰ ਢੋ ਕੇ ਕਦੀ ਪਟਨੇ ਲੈ ਗਏ ਕੇਜਰੀਵਾਲ ਨੂੰ ਢੋ ਕੇ ਕਦੀ ਹਿਮਾਚਲ ਲੈ ਗਏ ਕਦੀ ਗੁਜਰਾਤ ਲੈ ਗਏ ਕੇਜਰੀਵਾਲ ਨੂੰ ਅਸੀਂ ਸਿਕਿਉਰਿਟੀ ਦੇਣੀ ਹੈ ਉਹਦੇ ਪਰਿਵਾਰਾਂ ਨੂੰ ਸਿਕਿਉਰਿਟੀ ਦੇਣੀ ਹੈ ਦਿੱਲੀ ਵਾਲਿਆਂ ਦੇ ਅਸੀਂ ਬੰਦੇ ਰੱਖਣੇ ਆ ਅਤੇ ਅਸੀਂ ਇਹ ਚੁੱਕੀ ਕੱਢਦੇ ਪਏ ਦੱਸੋ ਕੀ ਸਰਕਾਰ ਇਹ ਤਾਂ ਜਿਹੜੀ ਗੌਰਮੈਂਟ ਹੈ ਫਾਰ ਦਾ ਕੇਜਰੀ ਬਾਹਰ ਕੇਜਰੀਵਾਲ ਆਫ ਦਾ ਕੇਜਰੀਵਾਲ ਸਾਰਾ ਕੁਛ ਉਹੀ ਹੈ